ਬਸ ਮੈਂ ਤਾਂ ਆਪਣੇ ਇਲਾਕੇ ਦੇ ਲੋਕਾਂ ਦਾ ਸਭ ਤੋਂ ਪਹਿਲੇ ਉਹਨਾਂ ਦਾ ਸ਼ੁਕਰਾਨਾ ਕਰਦੀ ਹਾਂ, ਉਸ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਕਿ 5 ਸਾਲ ਇਸ ਇਲਾਕੇ ਦੀ ਸੇਵਾ ਬਖਸ਼ੀ ਅਤੇ ਅੱਜ ਨਵੀਂ ਚੋਣਾਂ ਦਾ ਐਲਾਨ ਹੋਇਆ। ਪੰਜਾਬ ਦੇ ਲੋਕਾਂ ਨੂੰ ਇੰਨੀ ਹੀ ਬੇਨਤੀ ਕਰਦੀ ਹਾਂ ਕਿ ਤੁਸੀਂ 5 ਸਾਲ ਪਹਿਲੇ ਕਾਂਗਰਸ ਦੇ 9 ਨੁਮਾਇੰਦੇ ਚੁਣ ਕੇ ਵੱਡੀ ਗਿਣਤੀ 'ਚ ਪਾਰਲੀਮੈਂਟ 'ਚ ਭੇਜੇ ਸੀ, ਉਹਦੇ ਬਾਅਦ ਇਹ ਝਾੜੂਵਾਲੀ ਸਰਕਾਰ ਨੇ ਆਪਣੇ 8 ਬੰਦੇ ਰਾਜ ਸਭਾ 'ਚ ਭੇਜੇ, ਲੇਕਿਨ ਇਹਨਾਂ ਸਾਰਿਆਂ ਨੂੰ ਲੈ ਲਿਓ ਤਾਂ ਭਾਵੇਂ 2 ਬੰਦੇ ਸਿਰਫ ਤਕੜੀ ਦੇ 2 ਨੁਮਾਇੰਦੇ ਸੀਗੇ, ਲੇਕਿਨ ਜੋ ਕੋਈ ਪੰਜਾਬ ਦਾ ਮਸਲਾ ਭਾਵੇਂ ਕਿਸਾਨਾਂ ਦਾ ਹੋਏ, ਭਾਵੇਂ ਪਾਣੀਆਂ ਦਾ ਹੋਏ, ਭਾਵੇਂ ਬੰਦੀ ਸਿੱਖਾਂ ਦਾ ਹੋਏ, ਅਸੀਂ ਦਿਲੇਰੀ ਦੇ ਨਾਲ ਉਹ ਸਾਰੇ ਮੁੱਦੇ ਵੀ ਚੱਕੇ। ਇਕੱਲੇ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਦਿੱਲੀ ਤੋਂ ਨਹੀਂ ਚੱਲਦੀ, ਜਿਹੜੇ ਪੰਜਾਬ ਦੇ ਲੋਕ ਚਲਾਉਂਦੇ ਨੇ। ਤੁਹਾਡੀ ਆਪਣੀ ਪਹਿਚਾਣ, ਤੁਹਾਡੀ ਆਪਣੀ ਖੇਤਰੀ ਪਾਰਟੀ ਜਿੰਨਾ ਮਜ਼ਬੂਤ ਤਕੜੀ ਹੁੰਦੀ ਹੈ, ਉਨੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਮੁੱਦੇ ਦਿੱਲੀ 'ਚ ਉਠਾਏ ਜਾਂਦੇ ਨੇ। ਦਿੱਲੀ ਦੀ ਪਾਰਟੀਆਂ ਕਦੇ ਪੰਜਾਬ ਦੀ ਸਕੀ ਨਹੀਂ, ਇਹ ਇਕੱਲੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ 'ਚ ਇਹਨਾਂ ਦਾ ਇਤਿਹਾਸ ਹੈ, ਅਤੇ 5 ਸਾਲ ਵੀ ਇਸ ਚੀਜ਼ ਦੇ ਗਵਾਹ ਨੇ ਕਿ ਕਿਵੇਂ ਸਾਡੇ ਕਿਸਾਨਾਂ ਦੇ ਨਾਲ ਕੀ ਕੁਛ ਹੋਇਆ, ਇਹਨਾਂ ਦੋਵਾਂ ਦੇ ਝੂਠੇ ਲਾਰੇ ਵਿੱਚੋਂ ਕਿਹੜਾ ਇਹਨਾਂ ਨੇ ਪੂਰਾ ਕੀਤਾ। ਮੈਂ ਤਾਂ ਆਸ ਕਰਦੀ ਹਾਂ ਵੋਟਾਂ ਦੇ ਬਹਾਨੇ ਤੁਹਾਡੇ ਕੋਲ ਆਉਣਗੇ, ਜਿਹੜੇ ਅੱਗੇ ਪਿੱਛੇ ਦਿਸਦੇ ਨਹੀਂ, ਅਤੇ ਜ਼ਰੂਰ ਇਹਨਾਂ ਨੂੰ ਸਵਾਲ ਕਰਨਾ, ਇਹਨਾਂ ਦੇ ਗੱਲਾਂ ਦੇ ਜਾਲ 'ਚ